ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਹੀਦੀ ਗੁਰਪੁਰਬ ਸਮੇਂ ਢਾਡੀ ਜਥਾ ਗਿਆਨੀ ਦਇਆ ਸਿੰਘ ਜੀ ਦਿਲਬਰ ਤੇ ਉਹਨਾਂ ਦੇ ਸਾਥੀ ਭਾਈ ਅਜੀਤ ਸਿੰਘ ਸੁਰੰਗੀ ਮਾਸਟਰ, ਭਾਈ ਮਲਕੀਤ ਸਿੰਘ ਜੀ ਪਧੇਰ ਤੇ ਭਾਈ ਦਲੀਪ ਸਿੰਘ ਜੀ ਮਸਤ ਇੰਗਲੈਂਡ ਵਿੱਚ ਆਏ, ਭਾਈ ਗਿਆਨ ਸਿੰਘ ਸੁਰਜੀਤ ਤੇ ਗਿਆਨੀ ਗੁਰਭਜਨ ਸਿੰਘ ਜੀ ਹਮਦਰਦ ਜੀ ਦੇ ਉਦਮ ਨਾਲ ਦਿਲਬਰ ਜੀ ਤੇ ਸੁਰਜੀਤ ਜੀ ਦੇ ਢਾਡੀ ਜਥਿਆਂ ਵੱਲੋਂ ਸਾਂਝਾ ਰਿਕਾਰਡ ਸੰਗਤਾਂ ਦੇ ਕਰ ਕਮਲਾਂ ਵਿੱਚ ਭੇਟ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਮੂਲ ਨਛੱਤਰ ਪ੍ਰਿਗ ਯੋਗ ਐਤਵਾਰ 5 ਵਿਸਾਖ, ਵਿਸਾਖ ਵਧੀ 5 ਸੰਮਤ 1678 ਬਿਕਰਮੀ ਮੁਤਾਬਕ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। 43 ਸਾਲ 11 ਮਹੀਨੇ 19 ਦਿਨ ਦੀ ਉਮਰ ਵਿੱਚ ਸੋਮਵਾਰ 24 ਚੇਤ ਸ੍ਰੀ 14 ਸੰਮਤ 1722 ਬਿਕਰਮੀ ਮੁਤਾਬਕ 20 ਮਾਰਚ 1665 ਈਸਵੀ ਨੂੰ ਗੁਰਗੱਦੀ ਤੇ ਬੈਠੇ। ਮੁਗਲੀਆ ਰਾਜ ਦੇ ਜ਼ੁਲਮੀ ਹੜ ਵਿੱਚ ਹਿੰਦੂ ਧਰਮ ਦਾ ਬੇੜਾ ਰੁੜਦਾ ਜਾ ਰਿਹਾ ਸੀ। 25 ਮਈ 1675 ਈਸਵੀ ਨੂੰ ਪੰਡਿਤ ਕਿਰਪਾ ਰਾਮ ਦੀ ਜਥੇਦਾਰੀ ਹੇਠ ਕਸ਼ਮੀਰ ਦੇ 500 ਬ੍ਰਾਹਮਣ ਆਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਦਰਬਾਰ ਵਿੱਚ ਦਾਹਾਂ ਮਾਰ ਕੇ ਅਹਿਓ ਕੁਰਲਾ ਉੱਠੇ। ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ,
لیکن مرد وہ ہے جو زمانے کو بدل دیتے ہیں دکھیاں دی فریاد سن کے ترم رکھے ایک پروپکاری صدگرو دلی وال ایو تیاری کر رہے نے نامِ پاک
ਸਾਰੇ ਉਪਕਾਰੀ ਸਤਿਗੁਰੂ ਤੇ ਨਾਲ ਦੇ ਸਾਥੀ ਸਿੱਖਾਂ ਨੂੰ ਲੋਹੇ ਦੇ ਸਖਤ ਪਿੰਜਰਿਆਂ ਵਿੱਚ ਰੱਖਿਆ ਗਿਆ। ਦੀਨ ਸਲਾਮਤ ਲਿਆਉਣ ਲਈ ਪੂਰਾ ਜ਼ੋਰ ਲਾਇਆ ਗਿਆ। ਜਦ ਅਣਖੀ ਯੋਧੇ ਨਹੀਂ ਮੰਨੇ ਤਾਂ ਸਭ ਤੋਂ ਪਹਿਲੇ ਭਾਈ ਮਤੀ ਦਾਸ ਜੀ ਨੂੰ ਅਸਹਿ ਤੇ ਅਕਾਇ ਕਸ਼ ਦਿੱਤੇ ਗਏ। ਤੱਕੋ ਜ਼ਰਾ ਆਸ਼ਿਕ ਦਾ ਮਕਤਲ ਵਿੱਚ ਇਮਤਿਹਾਨ ਕਿਵੇਂ ਹੋ ਰਿਹਾ।
ਭਾਈ ਮਤੀ ਦਾਸ ਦੀ ਸ਼ਹੀਦੀ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ, ਅੰਤ ਹਜ਼ੂਰ ਨੂੰ ਚਾਂਦਨੀ ਚੌਕ ਵਿੱਚ ਲੈ ਆਂਦਾ ਗਿਆ। 10 ਸਾਲ 7 ਮਹੀਨੇ 18 ਦਿਨ ਗੁਰਿਆਈ ਕਰਕੇ 54 ਸਾਲ 7 ਮਹੀਨੇ 7 ਦਿਨ ਦੀ ਉਮਰ ਭੋਗ ਕੇ 12 ਮੱਘਰ ਸਦੀ 5 1732 ਬਿਕਰਮੀ ਮੁਤਾਬਕ 11 ਨਵੰਬਰ 1675 ਈਸਵੀ ਵੀਰਵਾਰ ਵਾਲੇ ਦਿਨ ਸਤਿਗੁਰੂ ਸ਼ਹੀਦ ਹੋਏ। ਸਮਾਣੇ ਵਾਲੇ ਜਲਾਲਉਦੀਨ ਜਲਾਦ ਨੇ ਤਲਵਾਰ ਚਲਾਈ, ਦਰਦਾਂ ਵਾਲੇ ਦਿਲ ਐਂ ਕੁਰਲਾ ਉੱਠੇ।